ਤੇ ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਚਲੋ ਜਦ ਸਾਰੇ ਕਵੀ ਸੁਣਾ ਲੈਣਗੇ ਨਾ ਫਿਰ ਇਹਨੂੰ ਵੀ ਵਾਰੀ ਦੇ ਦਿਓ। ਜਦ ਸਾਰਿਆਂ ਨੇ ਕਵਿਤਾ ਸੁਣਾ ਲਈ, ਗੁਰੂ ਸਾਹਿਬ ਦੇ ਦਰ 'ਤੇ ਖੜਾ ਹੋ ਕੇ ਕਦੀ ਪੱਟਾਂ 'ਤੇ ਹੱਥ ਮਾਰੇ, ਕਦੀ ਡੌਲਿਆਂ 'ਤੇ ਹੱਥ ਮਾਰੇ, ਕਦੀ ਐਂ ਕਰੇ, ਅਤੇ ਸਿੱਖਾਂ ਨੇ ਬਾਂਹ ਫੜ ਕੇ ਕਿਹਾ ਭਲਿਆ ਤੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਤੂੰ ਭਲਵਾਨੀ ਦਿਖਾਏ, ਕਵੀ ਦਰਬਾਰ ਹੈ, ਕਵਿਤਾ ਸੁਣਾ ਅਤੇ ਤੁਰਦਾ ਬਣ। ਜੇ ਬਹੁਤੀ ਭਲਵਾਨੀ ਦਾ ਚਾਓ ਹੈ ਤਾਂ ਫਿਰ ਰੁਸਤਮ ਭਲਵਾਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ 'ਤੇ ਬੈਠੇ ਨੇ, ਪਰ ਤੇਰਾ ਸਰੀਰ ਨਹੀਂ ਦਿਸਦਾ ਭਲਵਾਨੀ। ਮਹਾਰਾਜ ਕਹਿੰਦੇ ਇਹਨੂੰ ਕਰ ਲੈਣ ਦਿਓ ਜੋ ਕਰਦਾ, ਇਹਨੂੰ ਕਰ ਲੈਣ ਦਿਓ ਅੱਜ ਜੋ ਕਰਦਾ, ਕਦੀ ਪੱਟਾਂ 'ਤੇ ਹੱਥ ਮਾਰੇ, ਕਦੀ ਡੌਲਿਆਂ 'ਤੇ। ਜਦ ਹੰਭ ਗਿਆ ਨਾ ਸਾਉ ਸਾਈ ਹੋ ਗਿਆ, ਫਿਰ ਮਹਾਰਾਜ ਮੁਸਕਰਾ ਕੇ ਕਹਿੰਦੇ ਦੱਸ ਹੁਣ ਦੱਸ। ਕਹਿੰਦੇ ਸੱਚੇ ਪਾਤਸ਼ਾਹ ਤੇਰੇ ਦਰਬਾਰ ਬਾਰੇ ਬਹੁਤ ਸੁਣਿਆ ਸੀ, ਅੱਜ ਆਇਆ ਅਤੇ ਰੋਮ ਰੋਮ ਖਿੜ ਗਿਆ। ਅਤੇ ਮਹਾਰਾਜ ਕਹਿੰਦੇ ਫਿਰ ਇਹ ਕੀ ਕਰਦਾ ਸੈਂ? ਕਹਿੰਦਾ ਹੁਣ ਮੈਂ ਗਰੀਬੀ ਨੂੰ ਬੁਲਾਉਂਦਾ ਸੀ ਕਿ ਕਿੱਥੇ ਆ ਗਰੀਬੀ ਜਿਹਨੇ ਮੇਰੀ ਜਿੰਦ ਜਾਨ ਨਚੋੜ ਕੇ ਰੱਖਤੀ ਹੈ। ਕਲਮ ਦੀ ਦਾਤ ਮੈਨੂੰ ਰੱਬ ਨੇ ਬਖਸ਼ੀ, ਪਰ ਕਲਮ ਦੀ ਤਾਕਤ ਇੰਨੀ, ਪਰ ਦੋ ਪੈਸੇ ਮੈਂ ਕਮਾ ਨਹੀਂ ਸਕਿਆ ਕਲਮ ਤੋਂ। ਮੈਂ ਆਪਣੇ ਘਰ ਦੇ ਵਿੱਚ ਦੋ ਵੇਲੇ ਦਾ ਚੁੱਲ੍ਹਾ ਨਹੀਂ ਬਾਲ ਸਕਿਆ, ਲੱਕ ਭੰਨ ਕੇ ਰੱਖਤਾ ਦਲਿੱਦਰਤਾ ਨੇ, ਗਰੀਬੀ ਨੇ ਮੇਰਾ। ਮੈਂ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਬੈਠਾ, ਅੱਜ ਪਹੁੰਚਿਆ, ਮੈਂ ਅੱਜ ਗਰੀਬੀ ਅਤੇ ਦਲਿੱਦਰਤਾ ਨੂੰ ਬੁਲਾ ਰਿਹਾ, ਆ ਹੁਣ ਮੇਰੇ ਨਾਲ ਜੰਗ ਲੜ। ਕਿਉਂ? ਇਕੱਲੇ ਗੁਰੂ ਗੋਬਿੰਦ ਸਿੰਘ ਕੌਣ ਕਹਿੰਦਾ ਕਿ ਰਣ ਤੱਤੇ ਦੇ ਵਿੱਚ ਸ਼ਸਤਰ ਅਤੇ ਤੀਰ ਚਲਾਉਂਦਾ? ਗੁਰੂ ਗੋਬਿੰਦ ਸਿੰਘ ਦਰਬਾਰ 'ਚ ਬੈਠਾ ਹੋਇਆ ਆਪਣੀ ਨਦਰਾਂ ਤੋਂ, ਆਪਣੀ ਅੱਖਾਂ ਤੋਂ ਵੀ ਮਿਹਰਾਮਤਾਂ ਦੇ ਤੀਰ ਚਲਾਉਂਦਾ ਅਤੇ ਦੁਨੀਆ ਦੇ ਸਾਰੇ ਲੋਕਾਂ ਦੇ ਵਿਕਾਰ ਅਤੇ ਦੁੱਖਾਂ ਨੂੰ ਕੱਟ ਦਿੰਦਾ। ਉੱਥੇ ਹੀਰ ਕਵੀ ਹੈ, 52 ਕਵੀਆਂ ਵਿੱਚੋਂ ਉਹਨੇ ਲਿਖਿਆ, ਦਾਰਿਦ ਕੋ ਪੂਤ ਤੇਰੋ ਮਰਨੋ ਬਣਿਓ ਹੈ ਆਜ। ਦਾਰਿਦ ਕਹਿੰਦੇ ਦਲਿੱਦਰਤਾ, ਦਲਿੱਦਰਤਾ ਦਾ ਪੁੱਤਰ ਹੈ ਗਰੀਬੀ। ਜਿੱਥੇ ਆਲਸ ਹੋਏਗਾ ਉੱਥੇ ਗਰੀਬੀ ਆਏਗੀ, ਜਿੱਥੇ ਦਲਿੱਦਰ ਹੋਏਗਾ ਉੱਥੇ ਗਰੀਬੀ ਸਦਾ ਹੀ, ਗਫਲਤ ਸਦਾ ਹੀ ਰਹੇਗੀ। ਮਹਾਰਾਜ ਕਹਿੰਦੇ ਜਿਸ ਮਨ ਵਿੱਚੋਂ ਦਲਿੱਦਰਤਾ ਨਿਕਲ ਗਈ ਉੱਥੇ ਗਰੀਬੀ ਨਹੀਂ ਖੜ ਸਕਦੀ। ਪਰ ਉਹ ਕਹਿੰਦਾ ਮੈਨੂੰ ਹੁਣ ਕੁਝ ਨਹੀਂ ਪਤਾ, ਮੈਨੂੰ ਇੰਨਾ ਪਤਾ ਮੈਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆ ਗਿਆ। ਦਾਰਿਦ ਕੋ ਪੂਤ ਤੇਰੋ ਮਰਨੋ ਬਣਿਓ ਹੈ ਆਜ ਕਰਕੇ ਸਲਾਮ ਹੋ ਜੋ ਕਵੀ ਹੀਰ ਸਿਓ, ਨਦਰ ਗੋਬਿੰਦ ਸਿੰਘ ਵਿਲਕ ਕਰੇਂਗੇ ਤੋਹੇ ਟੂਕ ਟੂਕ ਗਾਡੇ ਮਾਰੇ ਦਾਨਨ ਕੇ ਤੀਰ ਸਿਓ। ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨਦਰਾਂ ਦੇ ਤੀਰ ਅੱਜ ਮੇਰੀ ਸਾਰੀ ਗਰੀਬੀ ਅਤੇ ਦਲਿੱਦਰਤਾ ਨੂੰ ਵੱਢ ਕੇ ਰੱਖ ਦੇਣਗੇ। ਮਹਾਰਾਜ ਕਹਿੰਦੇ ਜਦ ਇਹਦਾ ਵਜਨ ਜਿੰਨਾ ਉਹਨੇ ਇਹਨੂੰ ਸੋਨੇ ਦੀਆਂ ਮੋਹਰਾਂ ਤੋਲ ਕੇ ਦਿਓ।